एक हफ्ता पहले इन्हां दी एक वीडियो देखी जिहदे विच कह रहे हैं कि किसी भी खान तो आपां गायक तो उत्थे जिहड़ा भोलेनाथ दा उत्थे आपां जागरण नहीं करवाना, ते मैं इस सिलसिले दे विच इन्हां नूं फोन कर बैठा। पंजाब में भी एक जागरण था, पहला कलाकार मास्टर सलीम, दूसरा कलाकार जी खान, तीसरा कलाकार खान साहब, चौथा कलाकार कमल खान, कराओ जागरण। ਇਸ ਵਾਰੀ ਇਹਨਾਂ ਨਾਲ ਗੱਲ ਹੋਈ ਤੇ ਮੈਂ ਇਹਨਾਂ ਨੂੰ ਪੁੱਛਿਆ ਵੀ ਜਦੋਂ ਆਪਾਂ ਜਾਗਰਣ ਕਰਵਾਉਣਾ ਮਹਾਂ ਸ਼ਿਵਰਾਤਰੀ ਦਾ ਤੇ ਆਪਾਂ ਨੂੰ ਕਿੰਨੇ ਪੈਸੇ ਲੱਗਣਗੇ। ਇਹ ਕਹਿੰਦੇ ਜੀ 8 ਲੱਖ ਰੁਪਏ ਲੱਗੂਗਾ। ਮੈਂ ਕਿਹਾ ਮੈਨੂੰ ਬਜਟ ਦੱਸ ਦਿਓ ਜੀ, ਕਿੰਨਾ ਬਜਟ ਹੈਗਾ? ਬਜਟ ਭਾਜੀ 8 ਲੱਖ ਦਾ ਰਹਿੰਦਾ। ਤੁਸੀਂ ਸਾਡੇ ਤੇ ਟਿੱਪਣੀਆਂ ਕਰਦੇ ਪਏ ਹੋ ਵੀ ਤੁਸੀਂ ਕਿਸੇ ਖਾਨ ਤੋਂ ਜਾਗਰਣ ਨਹੀਂ ਕਰਾਣਾ, ਤੁਹਾਡੇ ਤੋਂ ਕਰਵਾਈਏ, ਤੁਹਾਡੇ ਵਾਸਤੇ ਅਸੀਂ 8 ਲੱਖ ਕਿੱਥੋਂ ਲੈ ਕੇ ਆਈਏ? ਹਿੰਦੂ ਲੀਡਰ ਨੇ ਗਏ ਜਾਂ ਹਿੰਦੂ ਐਕਟਿਵਿਸਟ ਕਹਿ ਲਈਏ ਆਪਾਂ ਤੁਹਾਡੇ ਵਰਗੇ, ਉਹ ਕਈਆਂ ਨੇ ਤਾਂ ਕਨਈਆ ਮਿੱਤਲ ਦੀ ਗੱਲ ਨੂੰ ਠੀਕ ਕਿਹਾ, ਪਰ ਉਹ ਚ ਇਤਰਾਜ ਕੀ ਹੈਗਾ? ਇੱਕ ਹਰ ਜਾਗਰਣ ਦੇ ਮੰਚ ਦੇ ਉੱਤੇ, ਸਾਡੇ ਧਾਰਮਿਕ ਮੰਚ ਦੇ ਉੱਤੇ ਉਹ ਗਾਉਂਦੇ ਆ, ਖੁਦ ਗਾਉਂਦੇ ਆ ਕਿ ਜੋ ਰਾਮ ਕੋ ਲਾਏ ਥੇ ਹਮ ਉਨਕੋ ਲਾਏਂਗੇ, ਯੂਪੀ ਮੇਂ ਫਿਰ ਭਗਵਾ ਲਹਿਰਾਏਂਗੇ। ਇਹ ਗਾਣਾ ਵੇ ਕੇ ਭਜਨ ਹੈ, ਜੇ ਤਾਂ ਇਹ ਗਾਣਾ ਹੈ ਫਿਰ ਇਹ ਸਾਡੇ ਜਗਰਾਤਿਆਂ ਦੇ ਉੱਤੇ ਕਿਉਂ ਗਾ ਰਹੇ? ਅਸੀਂ ਇਸ ਗਵਾਈਏ ਨੂੰ 8 ਲੱਖ ਰੁਪਈਆ ਆਪਣੇ ਪਰਮਾਤਮਾ ਦਾ ਗੁਣਗਾਨ ਕਰਨ ਦਾ ਦੇਣਾ ਹੈ, ਨਾ ਕਿ ਇਹਨੂੰ ਬੀਜੇਪੀ ਦਾ ਪ੍ਰਚਾਰ ਕਰਨ ਦਾ। ਅਗਰ ਕਨਈਆ ਮਿੱਤਲ ਬਹੁਤ ਵੱਡਾ ਸਨਾਤਨੀ ਹੈ, ਇਹ ਆਪਣੇ ਆਪ ਨੂੰ ਹਿੰਦੂ ਕਹਿੰਦਾ ਵੈ, ਇਹਨੂੰ ਕਹੋ ਕਿ ਆਪਣੀ ਇੱਕ ਵੀ ਵੀਡੀਓ ਦਿਖਾ ਮੈਨੂੰ ਪੁਰਾਣੇ ਜਾਗਰਣ ਦੀ ਜਿੱਥੇ ਤੂੰ ਤਾਰਾ ਰਾਣੀ ਦੀ ਕਥਾ ਕੀਤੀ ਹੋਵੇ। ਮੈਂ ਸਮਾਜ ਨੂੰ ਇਹ ਦੱਸਣਾ ਚਾਹੁੰਦਾ ਵਾ ਕਿ ਕਨਈਆ ਮਿੱਤਲ ਪਹਿਲੇ ਤਾਂ ਪੁੰਨ ਨਾਲੇ ਫਲੀਆਂ ਸਾਡੇ ਤੋਂ ਰੁਪਈਆ ਲੈ ਰਹੇ 8 ਲੱਖ, ਉਸ ਤੋਂ ਬਾਅਦ ਜਗਰਾਤਿਆਂ ਤੇ ਕਰ ਰਹੇ ਮੋਦੀ ਦਾ ਪ੍ਰਚਾਰ, 2024 ਦੇ ਵਿੱਚ ਲੜੂਗਾ MP, ਜੇ MP ਨਾਲ ਲੜਿਆ ਬਣੂਗਾ ਰਾਜ ਸਭਾ। ਆਪਣੀ ਦੁਕਾਨਦਾਰੀ ਨੂੰ ਚਮਕਾਉਣ ਵਾਸਤੇ ਸਾਡੇ ਮਾਈਂਡ ਨੂੰ ਜਿਹੜਾ ਵੈ ਇਹ ਹਿੰਦੂਆਂ ਦੇ ਮਾਈਂਡ ਨਾਲ ਗੇਮ ਚੱਲ ਰਿਹਾ ਵੈ। ਇਹਨੇ ਸਿੱਧੇ ਤੌਰ ਤੇ ਤਾਂ ਇਹ ਗੱਲ ਕਹੀ ਨੀ ਵੀ ਸਾਰੇ ਹੁਣ ਜਗਰਾਤੇ ਮੇਰੇ ਤੋਂ ਕਰਾਓ ਜੀ, ਮੈਂ ਬੜਾ ਫੇਮਸ ਹਾਂ। देख रहे हैं सोशल मीडिया से लगातार जिहड़े जे कहिए कि हिंदू भजनकर्ता ने गे कन्हैया मित्तल, उन्होंने लैके एक बड़ी कॉन्ट्रोवर्सी चल रही है। खैर कन्हैया मित्तल इन्हू सही मानते हैं कि जो उन्होंने गल्लां कहियां, क्योंकि हजे तक कोई उन्होंने इस चीज़ को लैके कोई खेत तो नहीं आया, पर उन्होंने लैके कई जिहड़े इंटलैक्चुअल लोग ने वो इस चीज़ को लैके इतफाक रखते हैं कि सलीम जे मास्टर सलीम जागरण करते हैं जगराते करते हैं तो उसका इतराज की है। कई लोगों ने नहीं ठीक है कन्हैया मित्तल सही कह रहे हैं गे, इन्हां च रली मिली राय है। पर उसे दे विच चेतन बवेजा ने साडे नाल जुड़े हुए, उन्होंने एक आडियो वायरल करी है। पहली तो गल उन्होंने यही पूछ लाने क्योंकि आडियो कई कई जगह से तुरदी फिरदी सोशल मीडिया से देखी है, ताइयों उन्होंने कॉन्टैक्ट करिया सी। बवेजा जी स्वागत है तुहाडा। जय श्री राम जी, सत श्री अकाल। बवेजा जी पहले तो दस दो जी आडियो है तुसी वायरल करी है जिस 8 लाख रुपया शो की गल हो रही है ते सलीम नाल जिहड़ी गल हो रही है। मैं तकरीबन अज 19 साल तो महादेव सेवा दल दा अध्यक्ष चेतन बवेजा एक महादेव सेवा दल चला रहा ਜਿਹਦੇ ਵਿੱਚ ਗਾਉਂ ਚਹਿਲਾਂ ਦੇ ਵਿੱਚ ਸਮਰਾਲੇ ਦੇ ਕੋਲ ਇੱਕ ਮੰਦਿਰ ਹੈ ਭਗਵਾਨ ਭੋਲੇ ਸ਼ੰਕਰ ਜੀ ਦਾ, ਮੁਕਤੀ ਧਾਮ ਚਹਿਲਾ ਮੰਦਿਰ, ਉੱਥੇ ਮੇਰੀ ਡਿਊਟੀ ਲੱਗੀ ਹੋਈ ਹੈ ਹਰ ਸਾਲ ਸ਼ਿਵਰਾਤਰੀ ਦੀ ਰਾਤ ਜਾਗਰਣ ਦੀ, ਤੇ ਉੱਥੇ ਕਰੀਬਨ 5-6 ਵਾਰੀ ਅਸੀਂ ਮਾਸਟਰ ਸਲੀਮ ਨੂੰ ਬੁਲਾ ਚੁੱਕੇ ਹਾਂ, ਫਿਰੋਜ਼ ਖਾਨ ਆ ਚੁੱਕੇ ਆ, ਕਈ ਹਿੰਦੂ ਗਾਇਕ ਹੋ ਕੇ ਜਾ ਚੁੱਕੇ ਆ ਉੱਥੇ। ਪਰ ਮੈਂ ਇੱਕ ਹਫ਼ਤਾ ਪਹਿਲੇ ਇਹਨਾਂ ਦੀ ਇੱਕ ਵੀਡੀਓ ਦੇਖੀ ਜਿਹਦੇ ਵਿੱਚ ਕਹਿ ਰਹੇ ਆ ਕਿ ਕਿਸੇ ਵੀ ਖਾਨ ਤੋਂ ਆਪਾਂ ਗਾਇਕ ਤੋਂ ਉੱਥੇ ਜਿਹੜਾ ਭੋਲੇਨਾਥ ਦਾ ਉੱਥੇ ਆਪਾਂ ਜਾਗਰਣ ਨਹੀਂ ਕਰਵਾਉਣਾ, ਤੇ ਮੈਂ ਇਸ ਸਿਲਸਿਲੇ ਦੇ ਵਿੱਚ ਇਹਨਾਂ ਨੂੰ ਫੋਨ ਕਰ ਬੈਠਾ। ਇਹਨਾਂ ਦੇ ਪਹਿਲੇ ਤਾਂ ਤਕਰੀਬਨ ਇਹਨਾਂ ਨੇ 3-4 ਮਹੀਨੇ ਮੇਰਾ ਫੋਨ ਨਹੀਂ ਚੱਕਿਆ, ਜਦੋਂ ਵੀ ਫੋਨ ਚੱਕਦੇ ਸੀ ਇੰਨੀ ਗੱਲ ਕਹਿੰਦੇ ਸੀ ਅਸੀਂ ਬਹੁਤ ਬਿਜ਼ੀ ਹਾਂ ਬਾਅਦ ਚ ਗੱਲ ਕਰਾਂਗੇ। ਫਿਰ ਮੇਰੀ ਇਸ ਵਾਰੀ ਇਹਨਾਂ ਨਾਲ ਗੱਲ ਹੋਈ ਤੇ ਮੈਂ ਇਹਨਾਂ ਨੂੰ ਪੁੱਛਿਆ ਵੀ ਜਦੋਂ ਆਪਾਂ ਜਾਗਰਣ ਕਰਵਾਉਣਾ ਹੈ ਮਹਾਂ ਸ਼ਿਵਰਾਤਰੀ ਦਾ ਤੇ ਆਪਾਂ ਨੂੰ ਕੀ ਕਿੰਨੇ ਪੈਸੇ ਲੱਗਣਗੇ? ਇਹ ਕਹਿੰਦੇ ਜੀ 8 ਲੱਖ ਰੁਪਏ ਲੱਗੂਗਾ। ਮੈਂ ਕਿਹਾ ਦੋਸਤ ਮੇਰੇ ਮੈਨੂੰ ਇਹ ਗੱਲ ਦੱਸੋ ਵੀ ਜੇਕਰ ਕਿਸੇ ਸੰਸਥਾ ਦੇ ਕੋਲ 8 ਲੱਖ ਰੁਪਈਆ ਨਾ ਹੋਵੇ, ਮਾਸਟਰ ਸਲੀਮ ਤਾਂ ਲੈਂਦਾ 2-2.5 ਲੱਖ ਰੁਪਈਆ, 1.5 ਲੱਖ ਤੋਂ ਸ਼ੁਰੂ ਹੋ ਕੇ 2-2.5 ਲੱਖ ਰੁਪਏ ਸਾਰਾ ਸਾਊਂਡ ਦਾ ਕਨਸੈਪਟ ਪਾ ਕੇ ਉਹਦਾ 2-2.5 ਲੱਖ ਚ ਕੰਮ ਨਿਬੜ ਜਾਂਦਾ। ਤੇ ਮੈਂ ਕਿਹਾ ਜੀ ਅਸੀਂ ਤੁਹਾਡੇ ਵਾਸਤੇ 8 ਲੱਖ ਰੁਪਈਆ ਕਿੱਥੋਂ ਲੈ ਕੇ ਆਈਏ? ਤੁਸੀਂ ਸਾਡੇ ਤੇ ਟਿੱਪਣੀਆਂ ਕਰਦੇ ਪਏ ਹੋ ਵੀ ਤੁਸੀਂ ਕਿਸੇ ਖਾਨ ਤੋਂ ਜਾਗਰਣ ਨਹੀਂ ਕਰਾਉਣਾ, ਤੁਹਾਡੇ ਤੋਂ ਕਰਵਾਈਏ, ਤੁਹਾਡੇ ਵਾਸਤੇ ਅਸੀਂ 8 ਲੱਖ ਕਿੱਥੋਂ ਲੈ ਕੇ ਆਈਏ? ਪਰ ਇਹ ਸਭ ਦੇ ਵਿੱਚ ਦੇਖਿਆ ਜਾਵੇ ਬਵੇਜਾ ਸਾਹਿਬ, ਇਹਦੇ ਚ ਹੁਣ ਦੋ ਚੀਜ਼ਾਂ ਨੇ, ਕਿਉਂਕਿ ਕਪਿਲ ਜਿਹੜੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰਿਆ ਤੇ ਖੈਰ ਉਹਨਾਂ ਨੇ ਕਿਹਾ ਕਿ ਮੇਰੇ ਨਾਲ ਗੱਲ ਹੋਈ ਹੈ ਤਾਂ ਉੱਥੇ ਪੁਸ਼ਟੀ ਹੋ ਗਈ, ਉਹਨਾਂ ਨੇ ਇੱਕ ਵੀਡੀਓ ਜਾਰੀ ਕਰਿਆ ਉਹਦੇ ਤੇ ਵੀ ਗੱਲ ਕਰੂੰਗਾ, ਪਰ ਉਦੋਂ ਪਹਿਲਾਂ ਮੈਂ ਇਹ ਚੀਜ਼ ਪੁੱਛਣਾ ਚਾਹੂੰਗਾ ਕਿਉਂਕਿ ਬਹੁਤ ਸਾਰੇ ਜਿਹੜੇ ਹਿੰਦੂ ਲੀਡਰ ਨੇ ਗੇ ਜਾਂ ਹਿੰਦੂ ਐਕਟਿਵਿਸਟ ਕਹਿ ਲਈਏ ਆਪਾਂ ਤੁਹਾਡੇ ਵਰਗੇ,
ਉਹ ਕਈਆਂ ਨੇ ਤਾਂ ਕਨਈਆ ਮਿੱਤਲ ਦੀ ਗੱਲ ਨੂੰ ਠੀਕ ਕਿਹਾ, ਫਿਰ ਉਹ ਚ ਇਤਰਾਜ਼ ਕੀ ਹੈਗਾ? ਚਲੋ ਤੁਸੀਂ ਛੱਡੋ ਇਸ ਗੱਲ ਨੂੰ, ਆਪਾਂ 2 ਲੱਖ ਔਰ 8 ਲੱਖ ਵਾਲੀ ਗੱਲ ਹੀ ਨੀ ਛੇੜਦੇ। ਮੇਰਾ ਸਭ ਤੋਂ ਪਹਿਲਾਂ ਕਨਈਆ ਮਿੱਤਲ ਨੂੰ ਇਹ ਸਵਾਲ ਹੈ ਕਿ ਜਿਹੜਾ ਉਹ ਗਾਉਂਦੇ ਹੈ ਇੱਕ ਹਰ ਜਾਗਰਣ ਦੇ ਮੰਚ ਦੇ ਉੱਤੇ, ਸਾਡੇ ਧਾਰਮਿਕ ਮੰਚ ਦੇ ਉੱਤੇ ਉਹ ਗਾਉਂਦੇ ਹੈ, ਖੁਦ ਗਾਉਂਦੇ ਹੈ ਕਿ ਜੋ ਰਾਮ ਕੋ ਲਾਏ ਥੇ ਹਮ ਉਨਕੋ ਲਾਏਂਗੇ, ਯੂਪੀ ਮੇ ਫਿਰ ਭਗਵਾ ਲਹਿਰਾਏਂਗੇ। ਮੇਰਾ ਇੱਕ ਸਵਾਲ ਉਹਨਾਂ ਨੂੰ ਇਹ ਹੈ ਕਿ ਕਿਆ ਬਹੁਤ ਵਾਇਰਲ ਹੋਇਆ ਸੀ ਉਹਨਾਂ ਦਾ ਇਹ ਬਹੁਤ ਵਾਇਰਲ ਹੋਇਆ ਸੀ ਗਾਣਾ ਵੈ, ਇਹ ਗਾਣਾ ਵੈ ਕਿ ਭਜਨ ਹੈ? ਜੇ ਤਾਂ ਇਹ ਗਾਣਾ ਵੈ ਫਿਰ ਇਹ ਇਹ ਸਾਡੇ ਜਗਰਾਤਿਆਂ ਦੇ ਉੱਤੇ ਕਿਉਂ ਗਾ ਰਹੇ? ਅਸੀਂ ਜਾਗਰਣ ਕਰਨ ਦਾ ਜੇ ਇਹਨੂੰ 8 ਲੱਖ ਰੁਪਈਆ ਦੇਣਾ ਵੈ, ਅਸੀਂ ਇਸ ਗਵਈਏ ਨੂੰ 8 ਲੱਖ ਰੁਪਈਆ ਆਪਣੇ ਪਰਮਾਤਮਾ ਦਾ ਗੁਣਗਾਨ ਕਰਨ ਦਾ ਦੇਣਾ ਵੈ, ਨਾ ਕਿ ਇਹਨੂੰ ਬੀਜੇਪੀ ਦਾ ਪ੍ਰਚਾਰ ਕਰਨ ਦਾ। ਬੀਜੇਪੀ ਦਾ ਪ੍ਰਚਾਰ ਅਗਰ ਇਹਨੇ ਕਰਨਾ ਤੇ ਸੜਕਾਂ ਤੇ ਢੋਲ ਵਜਾ ਕੇ ਕਰੇ, ਸਾਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਹੈ। ਅਸੀਂ ਕਿਸੇ ਬਵੇਜਾ ਜੀ ਜੇ ਇਹਦੇ ਚ ਜੇ ਇੱਕ ਕਹੀਏ ਕਿ ਹਿੰਦੂ ਮਾਈਂਡ ਸੈਟ ਤੋਂ ਦੇਖਿਆ ਜਾਵੇ ਤਾਂ ਉਹ ਚ ਤੁਹਾਨੂੰ ਕੀ ਲੱਗਦਾ ਵੀ ਜੇ ਉਹ ਇਹ ਗੱਲ ਕਹਿੰਦੇ ਨੇ ਵੀ ਜੋ ਹਾਲਾਂਕਿ ਕਈ ਇੱਕ ਮੈਂ ਇੰਟਰਵਿਊ ਕਰੀ ਸੀ ਉਹਨਾਂ ਚੋਂ ਕਹਿੰਦੇ ਸੀ ਕਿ ਰਾਮ ਨੂੰ ਅਸੀਂ ਲਿਆਉਣ ਵਾਲੇ ਕੌਣ ਹੁੰਦੇ ਆ, ਅਸੀਂ ਰਾਮ ਦੇ ਸੇਵਕ ਹੋ ਸਕਦੇ ਆ ਕਿਉਂਕਿ ਰਾਮ ਪਹਿਲਾਂ ਵੀ ਨੇ ਬਾਅਦ ਵੀ ਰਹਿਣਗੇ। ਰਾਮ ਕਿਤੇ ਗਏ ਨਹੀਂ, ਰਾਮ ਕਿਤੇ ਗਏ ਨਹੀਂ, ਜਦੋਂ ਇਹ ਜੰਮਿਆ ਵੀ ਨਹੀਂ ਸੀਗਾ ਰਾਮ ਉਦੋਂ ਵੀ ਸੀਗੇ, ਜਦੋਂ ਇਹ ਮਰ ਜਾਊਗਾ ਰਾਮ ਉਦੋਂ ਵੀ ਰਹਿਣਗੇ, ਜਦੋਂ ਮੈਂ ਨਹੀਂ ਜੰਮਿਆ ਸੀ ਰਾਮ ਉਦੋਂ ਵੀ ਸੀਗੇ। ਰਾਮ ਕਿਤੇ ਵੀ ਨਹੀਂ ਗਏ, ਨਾ ਹੀ ਕੋਈ ਉਹਨਾਂ ਨੂੰ ਲੈ ਕੇ ਆਇਆ, ਨਾ ਹੀ ਇਸ ਦੁਨੀਆ ਦੇ ਵਿੱਚ ਕਿਸੇ ਦੀ ਤਾਕਤ ਹੈ ਕਿ ਉਹ ਰਾਮ ਨੂੰ ਲਿਆਏਗਾ। ਰਾਮ ਸ਼੍ਰੀ ਰਾਮ ਸਾਡੇ ਪਰਮਾਤਮਾ ਹੈ, ਸ਼੍ਰੀ ਰਾਮ ਨੇ ਆਸ਼ੀਰਵਾਦ ਦਿੱਤਾ ਤੇ ਮੋਦੀ ਆਏ, ਸ਼੍ਰੀ ਰਾਮ ਨੇ ਆਸ਼ੀਰਵਾਦ ਦਿੱਤਾ ਤੇ ਯੋਗੀ ਆਏ, ਸ਼੍ਰੀ ਰਾਮ ਨੇ ਆਸ਼ੀਰਵਾਦ ਦਿੱਤਾ ਤੇ ਕਨਈਆ ਮਿੱਤਲ ਆਇਆ। ਇਹ ਕੌਣ ਲਿਆਉਣ ਵਾਲੇ? ਹੁਣ ਇਹਦੇ ਚ ਦੋ ਚੀਜ਼ਾਂ ਨੇ ਗਈਆਂ, ਕਿਉਂਕਿ ਇਹਦੇ ਚ ਕਪਿਲ ਹੋਰਾਂ ਨੇ ਆਪਦਾ ਪੱਖ ਰੱਖਿਆ, ਮੈਂ ਉਹ ਵੀ ਵੀਡੀਓ ਚਲਾਉਂਗਾ ਜਦੋਂ ਇਹ ਆਪਾਂ ਪਲੇ ਕਰਨਾ। ਉਹ ਕਹਿੰਦੇ ਵੀ ਮੈਂ ਇੱਕ ਮੁਲਾਜ਼ਮ ਆ, ਹੁੰਦੀ ਆ ਦੇਖੋ ਜੇ ਕੋਈ ਕਿਸੇ ਨਾਲ ਕੰਮ ਕਰਦਾ ਬੰਦਾ, ਉਹ ਕਹਿੰਦੇ ਜੇ ਕੱਲ ਨੂੰ ਮੇਰੀ ਨੌਕਰੀ ਚਲੀ ਜਾਂਦੀ ਹੈ ਫਿਰ ਕੌਣ ਜ਼ਿੰਮੇਵਾਰ ਹੈ? ਕਹਿੰਦੇ ਤੁਸੀਂ ਜੇਕਰ ਤੁਹਾਡੀ ਖੁੰਦਕ ਸੀ ਕੋਈ ਕਨਈਆ ਮਿੱਤਲ ਹੋਰਾਂ ਨਾਲ, ਜਾਂ ਤੁਹਾਨੂੰ ਚੰਗੇ ਨਹੀਂ ਲੱਗਦੇ ਕਨਈਆ ਮਿੱਤਲ, ਤਾਂ ਤੁਸੀਂ ਉਹਨਾਂ ਨਾਲ ਗੱਲ ਕਰਦੇ। ਜੇ ਉਹਨੂੰ ਆਪਣੀ ਨੌਕਰੀ ਦਾ ਇੰਨਾ ਡਰ ਹੈ ਤੇ ਉਹਨੂੰ ਇਸ ਬੰਦੇ ਨੂੰ ਇਹ ਨਹੀਂ ਪਤਾ ਕਿ ਮਾਸਟਰ ਸਲੀਮ ਦਾ ਵੀ ਪਰਿਵਾਰ ਹੈ, ਫਿਰੋਜ਼ ਖਾਨ ਦਾ ਵੀ ਪਰਿਵਾਰ ਹੈ, ਜਿਹੜੇ ਖਾਨਾ ਦੀ ਇਹ ਗੱਲ ਕਰ ਰਹੇ ਨੇ ਕਿ ਜਾਗਰਣ ਨਹੀਂ ਕਰਨਾ, ਕਿਆ ਉਹਨਾਂ ਦੇ ਬੱਚੇ ਨਹੀਂ ਹੈ, ਕਿਆ ਉਹਨਾਂ ਦੇ ਪਰਿਵਾਰ ਨਹੀਂ ਹੈ? ਇਸ ਕਪਿਲ ਦੀ ਕੱਲ੍ਹ ਦੀ ਨੌਕਰੀ ਹੈ? ਇਹ ਤਾਂ ਗੱਲ ਕੱਲੀ ਕਪਿਲ ਜੇ ਕਹੀਏ, ਕੱਲੀ ਕਪਿਲ ਨੇ ਕਹੀ ਹੈ ਨਾ ਜੀ, ਕਨਈਆ ਮਿੱਤਲ ਸਾਹਿਬ ਨੇ ਤਾਂ ਕਹੀ ਨਹੀਂ ਅਜੇ, ਨਾ ਉਹਨਾਂ ਦਾ ਕੋਈ ਬਿਆਨ ਆਇਆ। ਮੈਂ ਸਾਰੇ ਹਿੰਦੂ ਸਮਾਜ ਨੂੰ ਇੱਕ ਮੈਸੇਜ ਦੇਣਾ ਚਾਹਨਾ, ਕੋਈ ਗੱਲ ਭੁੱਲੇ ਨਾ, ਕਦੀ ਵੀ ਜਦੋਂ ਵੀ ਕੋਈ ਮਾਤਾ ਰਾਣੀ ਦਾ ਜਾਗਰਣ ਹੁੰਦਾ ਵੈ, ਉਹਦੇ ਵਿੱਚ ਇੱਕ ਡੱਲ ਦਿੱਤਾ ਜਾਂਦਾ ਵੈ ਜਿਹਨੂੰ ਡੱਲ ਪੂਜਾ ਕਹਿੰਦੇ ਆ, ਉਹ ਡੱਲ ਪੂਜਾ ਜਿਹੜੀ ਹੁੰਦੀ ਹੈ ਉਹ ਹਮੇਸ਼ਾ ਇੱਕ ਹਿੰਦੂ ਗਾਇਕ ਨੂੰ ਦਿੱਤੀ ਜਾਂਦੀ ਹੈ, ਔਰ ਉਹ ਕਦੀ ਵੀ ਅਸੀਂ ਮਾਸਟਰ ਸਲੀਮ ਨੂੰ ਨਹੀਂ ਦਿੱਤੀ, ਉਹ ਅਸੀਂ ਡੱਲ ਪੂਜਾ ਜਿਹਨੂੰ ਦਿੰਦੇ ਆ ਉਹ ਜਾਗਰਣ ਤੋਂ ਪਹਿਲਾਂ ਗਣੇਸ਼ ਵੰਦਨਾ ਸ਼ੁਰੂ ਕਰਦਾ, ਔਰ ਗਣੇਸ਼ ਵੰਦਨਾ ਤੋਂ ਬਾਅਦ ਫਿਰ ਇਹ ਜਿਹੜਾ ਵੈ ਮਾਸਟਰ ਸਲੀਮ ਗਾਉਂਦਾ ਵੈ, ਉਸ ਤੋਂ ਬਾਅਦ ਸਵੇਰੇ ਤਾਰਾ ਰਾਣੀ ਦੀ ਕਥਾ ਹੁੰਦੀ ਹੈ, ਉਹ ਵੀ ਉਹੀ ਸ਼ਖਸ ਕਰੇਗਾ ਜਿਹਨੂੰ ਅਸੀਂ ਡੱਲ ਪੂਜਾ ਦਿੱਤੀ ਹੁੰਦੀ ਹੈ। ਅਗਰ ਕਨਈਆ ਮਿੱਤਲ ਬਹੁਤ ਵੱਡਾ ਸਨਾਤਨੀ ਹੈ, ਇਹ ਆਪਣੇ ਆਪ ਨੂੰ ਹਿੰਦੂ ਕਹਿੰਦਾ ਵੈ, ਇਹਨੂੰ ਕਹੋ ਕਿ ਆਪਣੀ ਇੱਕ ਵੀ ਵੀਡੀਓ ਦਿਖਾ ਮੈਨੂੰ ਪੁਰਾਣੇ ਜਾਗਰਣ ਦੀ ਜਿੱਥੇ ਤੂੰ ਤਾਰਾ ਰਾਣੀ ਦੀ ਕਥਾ ਕੀਤੀ ਹੋਵੇ। ਤੂੰ ਤਾਂ ਰਾਤੀ 10 ਵਜੇ ਆਇਆ, 11 ਵਜੇ ਆਪਣੇ 20-25 ਬਾਉਂਸਰਾਂ ਦੇ ਨਾਲ ਫੁਰ ਹੋ ਗਿਆ, ਰੁਪਈਆ 8 ਲੱਖ ਲਿੱਤਾ ਔਰ ਹੋ ਗਏ 8 ਲੱਖ ਰੁਪਈਆ ਲੈ ਕੇ, ਕਥਾ ਕਦੀ ਨੀ ਕੀਤੀ, ਤੇ ਤੂੰ ਸਾਡਾ ਹਿੰਦੂ ਸਨਾਤਨੀ ਕਿਵੇਂ ਹੋ ਗਿਆ? ਤੂੰ ਸਾਨੂੰ ਇਹ ਭਾਸ਼ਣ ਕਿਵੇਂ ਦੇ ਸਕਦਾ ਵਾ ਕਿ ਕਿਸੇ? ਹਾਂਜੀ, ਪਰ ਬਵੇਜਾ ਜੀ ਇਹਦਾ ਮਤਲਬ ਤਾਂ ਇਹੀ ਹੋਇਆ ਵੀ ਤੁਹਾਡੀ ਨੋਰਮਲ ਗੱਲਬਾਤ ਨਹੀਂ ਸੀ, ਤੁਸੀਂ ਸ਼ਾਇਦ ਇਸੇ ਲਈ ਗੱਲਬਾਤ ਕਰੀ ਵੀ ਪਤਾ ਲੱਗ ਸਕੇ ਵੀ ਕਨਈਆ ਮਿੱਤਲ ਹੋਰ ਕਿੰਨੇ ਪੈਸੇ ਲੈਂਦੇ ਨੇ, ਤੇ ਕਿਤੇ ਨਾ ਕਿਤੇ ਤੁਹਾਡੀ ਬਵੇਜਾ ਜੀ ਇਹ ਨਹੀਂ ਲੱਗਦਾ ਵੀ ਤੁਹਾਡੀ ਇਸ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੀ ਮਾਨਸਿਕਤਾ ਸੀ? ਮੈਂ ਸਮਾਜ ਨੂੰ ਇਹ ਦੱਸਣਾ ਚਾਹੁੰਦਾ ਵਾਂ ਕਿ ਕਨਈਆ ਮਿੱਤਲ ਪਹਿਲੇ ਤਾਂ ਪੁੰਨ ਨਾਲੇ ਫਲੀਆਂ, ਸਾਡੇ ਤੋਂ ਰੁਪਈਆ ਲੈ ਰਹੇ 8 ਲੱਖ, ਉਸ ਤੋਂ ਬਾਅਦ ਜਗਰਾਤਿਆਂ ਤੇ ਕਰ ਰਹੇ ਮੋਦੀ ਦਾ ਪ੍ਰਚਾਰ, 2024 ਦੇ ਵਿੱਚ ਲੜੂਗਾ MP, ਜੇ MP ਨਾਲ ਲੜਿਆ ਬਣੂਗਾ ਰਾਜ ਸਭਾ, ਦੱਸੋ ਜੀ ਬੇਵਕੂਫ ਕੌਣ ਬਣਿਆ? ਹਿੰਦੂ। 8 ਲੱਖ ਕਿਹਦਾ ਗਿਆ? ਹਿੰਦੂ ਦਾ, ਜਗਰਾਤਿਆਂ ਚ। ਪਰ ਇਹਦੇ ਚ ਇੱਕ ਚੀਜ਼ ਹੋਰ ਦੱਸਦਾ ਤੁਹਾਨੂੰ ਮੈਂ, ਕਿਉਂਕਿ ਜਿਹੜਾ ਉਹਨਾਂ ਦਾ ਵੀਡੀਓ ਆਇਆ ਸ਼ਾਇਦ ਤੁਸੀਂ ਅਜੇ ਨਾ ਸੁਣਿਆ ਹੋਵੇ, ਉਹਦਾ ਵੀ ਉਹਨਾਂ ਦਾ ਜਿਹੜਾ ਵੀਡੀਓ ਆਇਆ ਉਹਨਾਂ ਦੇ ਵਿੱਚ ਇਸ ਚੀਜ਼ ਦਾ ਵੀ ਜ਼ਿਕਰ ਕਰਿਆ, ਮੈਂ ਤੁਹਾਨੂੰ ਤਾਂ ਦੱਸ ਰਿਹਾ ਕਿਉਂਕਿ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਇੱਕ ਪਾਸੇ ਪੁੰਨ ਨਾਲੇ ਫਲੀਆਂ, ਯਾਨੀ ਕਿ ਤੁਹਾਡੇ ਕਹਿਣ ਦਾ ਮਤਲਬ ਇੱਕ ਪਾਸੇ ਪੈਸੇ ਤੇ ਇੱਕ ਪਾਸੇ ਸਿਆਸੀ ਤੌਰ ਤੇ ਵੀ ਰਸੂਖ ਆ, ਪਰ ਉਹਨਾਂ ਨੇ ਕਨਈਆ ਮਿੱਤਲ ਜੀ ਦਾ ਇਹ ਕਹੀ ਹੈ ਗੱਲ, ਕਹਿੰਦੇ ਵੀ ਮਿੱਤਲ ਸਾਹਿਬ ਹਰ ਮੰਗਲਵਾਰ 25 ਸਾਲ ਤੋਂ ਫ੍ਰੀ ਜਾਗਰਣ ਕਰ ਰਹੇ ਨੇ ਕਿਸੇ ਥਾਂ ਤੇ, ਉਹ ਕਰ ਰਹੇ ਹੋਣੇ, ਉਹ ਜ਼ਿਕਰ ਨਹੀਂ ਉਹਨਾਂ ਨੇ ਕਰਿਆ। ਦੂਜੇ ਪਾਸੇ ਉਹਨਾਂ ਨੇ ਇਹ ਵੀ ਗੱਲ ਕਹੀ, ਇੱਕ ਮਿੰਟ ਸਰ, ਇੱਕ ਮਿੰਟ ਮੇਰੀ ਗੱਲ ਸੁਣ ਲਓ, ਦੂਜੇ ਪਾਸੇ ਉਹਨਾਂ ਨੇ ਗੱਲ ਕਹੀ ਹੈ ਵੀ ਜਿੱਥੇ ਵੀ ਜਿਹੜੇ ਨੇ ਖਾਟੂ ਸ਼ਾਮ ਜੀ ਨੂੰ ਯਾਨੀ ਕਿ ਉੱਥੇ ਮੰਦਿਰ ਸਥਾਪਿਤ ਕੀਤਾ ਜਾਂਦਾ, ਉਹ ਹੋ ਸਕਦਾ ਧਾਰਮਿਕ ਲੈਂਗੁਏਜ ਥੋੜੀ ਜਿਹੀ ਹੋਰ ਹੋਵੇ, ਯਾਨੀ ਕਿ ਜਿੱਥੇ ਖਾਟੂ ਸ਼ਾਮ ਜੀ ਦੇ ਮੰਦਿਰ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਤਾਂ ਉਹਨਾਂ ਦੀ ਸਥਾਪਨਾ ਹੁੰਦੀ ਹੈ, ਉੱਥੇ ਜਿਹੜਾ ਉਹ ਬਿਲਕੁਲ ਫ੍ਰੀ ਆਫ ਕੋਸਟ ਗਾਉਂਦੇ ਨੇ, ਕੋਈ ਪੈਸਾ ਨਹੀਂ ਲੈਂਦੇ, ਬੱਚੇ ਨੇ ਜਿਹੜੇ ਬਹੁਤ ਸਾਰੇ ਫ੍ਰੀ ਪੜ੍ਹਾ ਰਹੇ ਨੇ, ਤਾਂ ਕਹਿੰਦੇ ਉਹਨਾਂ ਦੀ ਇਹ ਸੇਵਾ ਨੂੰ ਤੁਸੀਂ ਜਿਹਨਾਂ ਨੂੰ ਜਾਣਦੇ ਨਹੀਂ, ਕਹਿੰਦੇ ਤੁਸੀਂ ਉਹਨਾਂ ਤੇ ਕਮੈਂਟ ਕਿਵੇਂ ਕਰ ਸਕਦੇ ਹੋ?
ਭਾਈ ਸਾਹਿਬ ਜੀ ਮੈਨੂੰ ਉਹ ਬੱਚੇ ਪੜਾਵੇ ਉਹ ਫ੍ਰੀ ਕੁਛ ਵੀ ਕਰੇ ਮੈਨੂੰ ਕੋਈ ਇਤਰਾਜ ਨਹੀਂ ਮੈਨੂੰ ਇਸ ਗੱਲ ਦਾ ਇਤਰਾਜ ਹੈ ਵੀ ਸਾਡੇ ਤੋਂ 8 ਲੱਖ ਲੈ ਕੇ ਇੱਕ ਆਪਾਂ ਰਾਜਨੀਤਿਕ ਮੰਚ ਬਣਾ ਦਿੰਦੇ ਹਾਂ ਜਗਰਾਤੇ ਨੂੰ ਉੱਥੇ ਆਪਾਂ ਮੋਦੀ ਦਾ ਪ੍ਰਚਾਰ ਕਰਦੇ ਹਾਂ ਯੋਗੀ ਦਾ ਪ੍ਰਚਾਰ ਕਰਦਾ ਤੁਸੀਂ ਇੱਕ ਵੀਡੀਓ ਦੇਖੋ ਉਹ ਚ ਸਾਫ ਦੇ ਵਿੱਚ ਇੰਨੀ ਪਬਲਿਕ ਚ ਬਹਿ ਕੇ ਹਿੰਦੂ ਸਮਾਜ ਚ ਇੰਨੀ ਗੱਲ ਕਰ ਰਹੇ ਹਾਂ ਜਾਗਰਣ ਚ ਬਹਿ ਕੇ ਕਿ ਯੂਪੀ ਦੇ ਵਿੱਚ ਯੋਗੀ ਦੀ ਗੋਰਖਨਾਥ ਦੇ ਵਿੱਚ ਮੰਦਿਰ ਦੇ ਵਿੱਚ ਉਹਦੀ ਮੂਰਤੀ ਲੱਗ ਗਈ ਹੈ ਇਹ ਗੱਲ ਕਹਿਣ ਦਾ ਮਤਲਬ ਕੀ ਹੋਇਆ ਇਹਨਾਂ ਇਹ ਸਾਨੂੰ ਕੀ ਮੈਸੇਜ ਦੇਣਾ ਚਾਹੁੰਦੇ ਸਾਨੂੰ ਪੰਜਾਬ ਚ ਸਰਕਾਰ ਆਏਗੀ ਜਦੀ ਆਪਣਾ ਬੀਜੇਪੀ ਦੀ ਤੇ ਮੁੱਖ ਮੰਤਰੀ ਦੀ ਮੰਦਿਰ ਚ ਫੋਟੋ ਲੱਗੇਗੀ ਜੁੱਤੀਆਂ ਨਾ ਮਾਰਾਂਗੇ ਇਹਨਾਂ ਦੇ ਆਪਾਂ ਜੇ ਇੰਨੀ ਗੱਲ ਕਹਿਣਗੇ ਮੰਦਿਰ ਚ ਫੋਟੋ ਦਾ ਮਤਲਬ ਕੀ ਹੋਇਆ ਮੰਦਿਰ ਰੱਬ ਦੇ ਮੰਦਿਰ ਦੇ ਵਿੱਚ ਕਿਸੇ ਕਿਸੇ ਲੀਡਰ ਦੀ ਮੂਰਤੀ ਕਿਵੇਂ ਲੱਗ ਜਾਏਗੀ ਪਰ ਬਹੁਤ ਸਾਰੇ ਲੋਕ ਜਿਹੜੇ ਫਿਰ ਕਨਈਆ ਮਿੱਤਲ ਦੇ ਪੱਖ ਦੇ ਵਿੱਚ ਨਜ਼ਰ ਆਏ ਜਿਹੜੇ ਕਹਿੰਦੇ ਵੀ ਠੀਕ ਹੈ ਵੀ ਕਿਸੇ ਕਿਸੇ ਜਿਹੜੇ ਗਾਉਣ ਵਾਲੇ ਨੇ ਜਾਂ ਕਹੀਏ ਕਿ ਜਾਗਰਣ ਕਰਨ ਵਾਲੇ ਨੇ ਜਾਂ ਐਕਟਿਵਿਸਟ ਕਹਿ ਲਓ ਉਹ ਕਹਿੰਦੇ ਵੀ ਤਾਂ ਪਹਿਲੀ ਵਾਰੀ ਮਸਲਾ ਚੱਕਿਆ ਕਹਿੰਦੇ ਅਸੀਂ ਕਿਉਂ ਨਾ ਉਹ ਕਰੀਏ ਉਹਨਾਂ ਨੇ ਉਹਦੇ ਤੇ ਤਰਕ ਕਰਨੇ ਸ਼ੁਰੂ ਕਰਤੇ ਇਹ ਆਪਣਾ ਸਵੇਰੇ ਲਾਈਵ ਹੋ ਕੇ ਇੰਨੀ ਗੱਲ ਕਹਿ ਸਕਦੇ ਆ ਕਿ ਜਦੋਂ 2024 ਦੇ ਇਲੈਕਸ਼ਨ ਆਣਗੇ ਮੈਂ ਲਾਈਵ ਹੋ ਕੇ ਇੰਨੀ ਗੱਲ ਕਹੂੰਗਾ ਕਿ ਬੀਜੇਪੀ ਨੂੰ ਕੋਈ ਮੁਸਲਮਾਨ ਵੋਟ ਨਾ ਪਾਵੇ ਇਹ ਇੰਨੀ ਗੱਲ ਕਹਿ ਸਕਦੇ ਆ ਕਿ ਕੱਲ ਨੂੰ ਮੈਂ ਐਮਪੀ ਦਾ ਇਲੈਕਸ਼ਨ ਲੜਾਂਗਾ ਮੈਨੂੰ ਕੋਈ ਮੁਸਲਮਾਨ ਵੋਟ ਨਾ ਪਾਵੇ ਇਹ ਕਿਵੇਂ ਕਹਿ ਦੇਣਗੇ ਦੇਖੋ ਮੇਰੀ ਗੱਲ ਕੀ ਲੱਗਦਾ ਤੁਹਾਨੂੰ ਜਦੋਂ ਇਹ ਸਾਰੀ ਚੀਜ਼ ਤੋਂ ਕੀ ਲੱਗਦਾ ਤੁਹਾਨੂੰ ਵੀ ਕੀ ਅਸਲ ਹੋ ਕੀ ਰਿਹਾ ਕਿਉਂਕਿ ਇੱਕ ਦੇਖੋ ਮੈਂ ਕੱਟੜ ਹਿੰਦੂ ਆ ਔਰ ਮੈਂ ਕੱਟੜ ਹਿੰਦੂ ਦਾ ਮਤਲਬ ਇਹ ਕਹਿੰਦਾ ਵਾ ਕਿ ਮੈਂ ਸਿੱਖ ਧਰਮ ਦੀ ਬੜੀ ਇੱਜ਼ਤ ਕਰਦਾ ਵਾਂ ਕ੍ਰਿਸ਼ਨਾ ਦੀ ਬਹੁਤ ਇੱਜ਼ਤ ਕਰਦਾ ਵਾਂ ਮੈਂ ਮੁਸਲਮਾਨਾਂ ਦੀ ਬਹੁਤ ਇੱਜ਼ਤ ਕਰਦਾ ਵਾਂ ਮੈਂ ਫ੍ਰੀ ਬੱਸ ਸੇਵਾ ਚਲਾਉਣਾ ਲੁਧਿਆਣੇ ਤੋਂ ਭੋਲੇ ਸ਼ੰਕਰ ਜੀ ਦੇ ਮੰਦਿਰ ਜਾਣ ਵਾਸਤੇ ਅਗਰ ਮੈਨੂੰ ਕੋਈ ਆ ਕੇ ਸੰਗਤ ਕਹਿੰਦੀ ਹੈ ਕਿ ਗੋਲਡਨ ਟੈਂਪਲ ਜਾਣਾ ਹੈ ਸਾਨੂੰ ਫ੍ਰੀ ਬੱਸ ਦੇ ਸੇਵਾ ਦਿਓ ਤੇ ਮੈਂ ਉਹ ਵੀ ਦੇਣਾ ਵਾਂ ਔਰ ਵਿੱਕੀ ਥੋਮਸ ਵਿੱਕੀ ਥੋਮਸ ਕ੍ਰਿਸਚੀਅਨ ਸੀਗਾ ਉਹਨੇ ਹਿੰਦੁਸਤਾਨ ਦੇ ਕੀ ਪੂਰੇ ਵਰਲਡ ਦੇ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਘਰਾਂ 'ਚ ਜਾ ਕੇ ਸਾਡੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਦੱਸੋ ਉਹਨੇ ਸਹੀ ਕੀਤਾ ਗਲਤ ਕੀਤਾ ਬਿਲਕੁਲ ਸਹੀ ਕੀਤਾ ਉਹਦੇ 'ਚ ਆਪਾਂ ਕੀ ਗਲਤ ਕਵਾਂਗੇ ਆਪਾਂ ਉਹਨੂੰ ਕਹਿ ਸਕਦੇ ਹਾਂ ਕਿ ਤੂੰ ਕ੍ਰਿਸਚੀਅਨ ਹੈ ਸਾਡੇ ਧਰਮ ਦਾ ਪ੍ਰਚਾਰ ਨਾ ਕਰ ਆਪਾਂ ਕਦੀ ਕਵਾਂਗੇ ਉਹਨੂੰ ਇਹ ਗੱਲ ਬਿਲਕੁਲ ਨਹੀਂ ਕਵਾਂਗੇ ਹੁਣ ਲੱਖਾਂ ਵੈ ਲੱਖਾਂ ਆ ਕੇ ਸਾਡੇ ਜਗਰਾਤਿਆਂ ਦੇ ਵਿੱਚ ਗਾਉਂਦਾ ਵੈ ਅਸੀਂ ਉਹਨੂੰ ਕਵਾਂਗੇ ਕਿ ਸਿੱਖ ਹੈ ਨਾ ਗਾਵੇ ਸਰਦੂਲ ਸਿਕੰਦਰ ਕਿੰਨਾ ਵੱਡਾ ਗਾਇਕ ਹੋਇਆ ਕਿੰਨੀਆਂ ਭੇਟਾਂ ਆਈਆਂ ਉਹਦੀਆਂ ਜਦੋਂ ਉਹਦੀ ਡੈਥ ਹੋਈ ਜਦੋਂ ਉਹਨੂੰ ਉਹਨਾਂ ਦੇ ਸਮਾਜ ਦੇ ਅਕੋਰਡਿੰਗ ਉਹਨਾਂ ਨੇ ਦਫਨਾਉਣਾ ਸੀਗਾ ਉੱਥੇ ਮਗਰ ਉਹਨਾਂ ਦਾ ਰੀਤੀ ਰਿਵਾਜ ਦਫਨਾਉਂਦਾ ਸੀਗਾ ਮਗਰ ਸਾਰੇ ਰਸਤੇ ਚਿੰਤਪੁਰਨੀ ਮਾਤਾ ਦੀਆਂ ਭੇਟਾਂ ਲੱਗਦੀਆਂ ਰਹੀਆਂ ਗੱਡੀਆਂ ਦੇ ਵਿੱਚ ਜੋ ਸਰਦੂਲ ਸਿਕੰਦਰ ਨੇ ਅੱਜ ਤੱਕ ਭੇਟਾਂ ਗਾਈਆਂ ਸੀਗੀਆਂ ਉਹਦੀ ਜਦੋਂ ਜਾ ਰਹੀ ਸੀਗੀ ਯਾਤਰਾ ਉਹਦੇ ਵਿੱਚ ਨਾਲ ਸਾਰੀਆਂ ਭੇਟਾਂ ਲੱਗੀਆਂ ਹੋਈਆਂ ਸੀਗੀਆਂ ਉਦੋਂ ਤਾਂ ਕਿਸੇ ਨੇ ਇਤਰਾਜ਼ ਨਹੀਂ ਕੀਤਾ ਜਾਗਰਣ ਕਰਨ ਨਹੀਂ ਜਾਊਂਗਾ ਉਹਨਾਂ ਨੇ ਜਿਹੜਾ ਇਹ ਮੈਂ ਤੁਹਾਨੂੰ ਇਹ ਤੇ ਪੁੱਛ ਰਿਹਾ ਵੀ ਇਹ ਤੇ ਇਤਰਾਜ਼ ਹੋਣਾ ਚਾਹੀਦਾ ਉਹ ਕਹਿੰਦੇ ਵੀ ਪਹਿਲੇ ਨੰਬਰ ਤੇ ਸਲੀਮ ਫਿਰ ਜੀ ਖਾਂ ਫਿਰ ਕਈ ਅਲੱਗ ਅਲੱਗ ਨਾਮ ਉਹਨਾਂ ਨੇ ਲਏ ਉਹ ਕਹਿੰਦੇ ਵੀ ਉਸ ਜਗ੍ਹਾ ਤੇ ਮੈਂ ਨਹੀਂ ਜਾਊਂਗਾ ਜਿਸ ਜਗ੍ਹਾ ਤੇ ਜਿਹੜੇ ਕਿ ਕੋਈ ਖਾਨ ਹੋਣਗੇ ਵੈਸੇ ਤੁਹਾਨੂੰ ਲੱਗਦਾ ਵੀ ਇਹ ਕੋਈ ਕਿਉਂਕਿ ਜੇ ਤੁਸੀਂ ਹਿੰਦੂ ਐਕਟਿਵਿਸਟ ਹੋ ਤੁਹਾਨੂੰ ਪਤਾ ਹੀ ਹੋਣਾ ਵੀ ਧਾਰਮਿਕ ਤੌਰ ਤੇ ਕਿ ਇਸ ਚੀਜ਼ ਨੂੰ ਲੈ ਕੇ ਕੋਈ ਮਨਾਹੀ ਹੈਗੀ ਹੈ ਜਾਂ ਕੋਈ ਗ੍ਰੰਥਾਂ ਦੇ ਵਿੱਚ ਲਿਖਿਆ ਹੈਗਾ ਜਾਂ ਫਿਰ ਇੱਕ ਅਲੱਗ ਤੌਰ ਤੇ ਸੀ ਬਿਲਕੁਲ ਵੀ ਕੋਈ ਮਨਾਹੀ ਨਹੀਂ ਹੈ ਮਾਸਟਰ ਸਲੀਮ ਜਦੋਂ 10 ਸਾਲ ਦਾ ਸੀਗਾ ਉਹਦੀ ਵੀਡੀਓ ਦੇਖੋ ਛੋਟਾ ਜਿਹਾ ਸੀਗਾ ਉਦੋਂ ਦੀ ਮਾਤਾ ਚਿੰਤਪੁਰਨੀ ਦੀ ਭੇਟਾ ਗਾ ਰਿਹਾ ਜਦੋਂ ਲਾਸਟ ਟਾਈਮ ਮਾਸਟਰ ਸਲੀਮ ਨੂੰ ਅਸੀਂ ਜਗਰਾਤੇ ਤੇ ਬੁਲਾਇਆ ਉਹ ਵੈਨਟੀ ਵੈਨ ਪਿੰਡੀ ਤੇ ਜਾ ਕੇ ਉਹਨੇ ਮੱਥਾ ਟੇਕਿਆ ਜਲ ਚੜਾਇਆ ਉੱਥੇ ਧਤੂਰਾ ਚੜਾਇਆ ਉੱਥੇ ਬੇਲ ਪੱਤਰ ਚੜਾਏ ਨਤਮਸਤਕ ਹੋਇਆ ਉਸ ਤੋਂ ਬਾਅਦ ਉਹਨੇ ਜਾਗਰਣ ਕੀਤਾ ਦੱਸੋ ਅਸੀਂ ਉਹਨੂੰ ਗਲਤ ਕਿਵੇਂ ਕਹਿ ਦਿਆਂਗੇ ਜੀ ਕੋਈ ਵੀ ਧਰਮ ਦਾ ਲੋੜ ਕੀ ਸੀ ਇਸ ਤੁਹਾਨੂੰ ਕੀ ਲੱਗਦਾ ਵੀ ਇਸ ਲੋੜ ਕੀ ਸੀ ਇਸ ਸਾਰੇ ਦੇਖੀਏ ਕਿਉਂਕਿ ਇਹ ਕੁਸ਼ਕ ਦਿਨਾਂ ਦਾ ਹੀ ਵਿਵਾਦ ਚੱਲੇ ਨੇ ਇਹਦਾ ਰਿਜ਼ਲਟ ਇਹ ਹੈ ਕਿ ਇਹਨੂੰ ਪਤਾ ਹੈ ਕਿ ਇਹਦੇ ਕੰਪੀਟੀਟਰ ਸਿਰਫ 2-3 ਖਾਨ ਸਿੰਗਰ ਹੀ ਹੈ ਜਿਹੜੇ ਇਹਦੇ ਕੰਪੀਟੀਟਰ ਹੈ ਇਹ ਆਪਣੀ ਦੁਕਾਨਦਾਰੀ ਨੂੰ ਚਮਕਾਉਣ ਵਾਸਤੇ ਸਾਡੇ ਮਾਈਂਡ ਨੂੰ ਜਿਹੜਾ ਵੈ ਇਹ ਹਿੰਦੂਆਂ ਦੇ ਮਾਈਂਡ ਨਾਲ ਗੇਮ ਚੱਲ ਰਿਹਾ ਵੈ ਇਹਨੇ ਸਿੱਧੇ ਤੌਰ ਤੇ ਤਾਂ ਇਹ ਗੱਲ ਕਹੀ ਨਹੀਂ ਵੀ ਸਾਰੇ ਹੁਣ ਜਗਰਾਤੇ ਮੇਰੇ ਤੋਂ ਕਰਾਓ ਜੀ ਮੈਂ ਬੜਾ ਫੇਮਸ ਹਾਂ ਇਹਨੇ ਸਿੱਧੇ ਤੌਰ ਤੇ ਗੱਲ ਕਹਿਣੀ ਸੀਗੀ ਸਿੱਧੇ ਤੌਰ ਤੇ ਇਹ ਗੱਲ ਨਹੀਂ ਕਹਿ ਸਕਦਾ ਸੀਗਾ ਇਹਨੇ ਗੱਲ ਨੂੰ ਭਾ ਕੇ ਕੀਤਾ ਕਿ ਹੋਰ ਕੋਈ ਇਹਦੇ ਪੰਜਾਬ ਚ ਕੰਪੀਟੀਟਰ ਹੀ ਹੈ ਨਹੀਂ ਗੇ ਇਸ ਕਰਕੇ ਇਹਨੇ ਆਹ ਗੱਲ ਕੀਤੀ ਜੇ ਇਹਨੇ ਐਮਪੀ ਦਾ ਇਲੈਕਸ਼ਨ ਲੜਨਾ ਰਾਜ ਸਭਾ ਜਾਣਾ ਇਹ ਇੰਨੀ ਗੱਲ ਕਹਿ ਸਕਦੇ ਹੋ ਸਵੇਰੇ ਲਾਈਵ ਚਲੋ ਦੂਜੀ ਗੱਲ ਮੈਂ ਇਹਨੂੰ ਬੁਲਾ ਲਾਂਗਾ ਜਗਰਾਤੇ ਤੇ ਮੈਂ ਇਹਨੂੰ 8 ਲੱਖ ਰੁਪਏ ਵੀ ਦੇ ਦਿਆਂਗਾ ਇਹ ਸਵੇਰੇ ਲਾਈਵ ਹੋ ਕੇ ਇੰਨੀ ਗੱਲ ਕਹਿ ਸਕਦਾ ਕਿ ਮੈਂ ਜ਼ਿੰਦਗੀ ਕਦੀ ਐਮਪੀ ਦਾ ਇਲੈਕਸ਼ਨ ਨਹੀਂ ਲੜਾਂਗਾ ਜਾਂ ਮੈਂ ਕਦੀ ਰਾਜ ਸਭਾ ਦੀ ਟਿਕਟ ਮੰਗ ਨਹੀਂ ਕਰਾਂਗਾ ਇਹ ਸਾਡੇ ਦਿਮਾਗ ਨਾਲ ਖੇਡ ਰਿਹਾ ਸਾਨੂੰ ਲੋਕਾਂ ਨੂੰ ਲੁੱਟ ਰਿਹਾ ਔਰ ਸਾਡੇ ਹਿੰਦੂ ਧਰਮ ਦੇ ਨਾਮ ਦੇ ਉੱਤੇ ਆਪਣਾ ਰਾਜਨੀਤਿਕ ਕੈਰੀਅਰ ਚਮਕਾ ਰਿਹਾ
ਤੁਸੀਂ ਮੇਰੀ ਮਾਸਟਰ ਸਲੀਮ ਨੇ ਤਾਂ ਕਦੇ ਵੀ ਨਹੀਂ ਕਿਹਾ ਕਿ ਮੈਂ ਇਲੈਕਸ਼ਨ ਲੜਾਂਗਾ ਐਮਐਲਏ ਦਾ। ਉਹ ਸਵੇਰੇ ਲਾਈਵ ਹੋ ਕੇ ਵੀ ਕਹਿ ਦੂਗਾ ਕਿ ਮੈਂ ਜ਼ਿੰਦਗੀ 'ਚ ਕਦੀ ਐਮਐਲਏ ਇਲੈਕਸ਼ਨ ਨਹੀਂ ਲੜਨਾ, ਇਹ ਕਹਿ ਦੂਗਾ ਕਿ ਮੈਂ ਜ਼ਿੰਦਗੀ 'ਚ ਕਦੀ ਐਮਪੀ ਦਾ ਇਲੈਕਸ਼ਨ ਨਹੀਂ ਲੜਨਾ, 8 ਲੱਖ ਰੁਪਈਆ ਵੀ ਦਈਏ, ਫਿਰ ਇਹ ਸਾਡੇ ਜਗਰਾਤਿਆਂ ਦੇ ਉੱਤੇ ਸਾਡੀ ਬੇਅਦਬੀ ਕਰੇ ਮੋਦੀ ਜੋਗੀ ਦਾ ਨਾਮ ਲੈ ਕੇ, ਫਿਰ ਉਸ ਤੋਂ ਬਾਅਦ ਐਮਪੀ ਵੀ ਲੜੇ, ਰਾਜ ਸਭਾ ਵੀ ਲੜੇ, ਟੁੱਟੇ ਛਿੱਤਰੋਂ ਕੋ ਅੱਗੇ ਵਧੀ ਜਾਂਦਾ ਜੀ, ਇਹਨੂੰ ਰੋਕਣ ਟੋਕਣ ਵਾਲਾ ਹੈ ਨਹੀਂ ਕੋਈ। चलो खैर बहुत बहुत धन्यवाद तुहाडा, क्योंकि आडियो ते आडियो नूं लैके थोड़ी जी शंका सी ते आखर इहदा कारण, क्योंकि उन्होंने जिहड़ी गल कही कपिल ने, खैर असीं उहनां दा वीडियो भी चलावांगे, कि सीधे तौर ते कन्हैया मित्र नूं लैके सवाल सी बवेजा होणा दा। खैर बवेजा हुण कहिंदे सवाल जरूर ने ते मुकरदे नहीं इस गल्लों, ते उहनां ने तमाम चीज़ां ने जिहड़ियां सामणे भी रखियां ने। खैर इस जिहे मसलां दे उत्ते असीं आपदी राय नालों ज्यादा जनता दी राय हुंदी आ, तुसीं कमेंट करके जरूर दस्सिओ। फ्री जागरण जिहड़ा कहिंदा मैं फ्री जागरण करदा वां, इहनूं चाहीदा वा कि पंजाब दे विच अपनी सारी संस्थावां ते कूपन पा, जिहदा कूपन निकलिआ उत्थे जाके जगराता करे जी, इन्ना वड्डा सनातनी जागरण करे, और जागरण नूं मर्यादा दे नाल करे, सवेरे तारा राणी दी कथा वी करके आवे, हीरो वैसे वैसे बवेजा जी तुसीं सच्चे हो, सच्चे हो जागर ਬਵੇਜਾ ਜੀ, ਵੈਸੇ ਤੁਸੀਂ ਸੱਚੇ ਜਾਗਰਣ ਕਰਾਉਣਾ ਸੀ ਜਾਂ ਇਹ ਜਾਣ ਕੇ ਤੁਸੀਂ ਕਾਲ ਕਰੀ ਸੀ? ਨਹੀਂ ਵੈਸੇ ਤੁਸੀਂ ਸੱਚੇ ਜਾਗਰਣ ਕਰਾਉਣਾ ਵੀ ਸੀ ਜਾਂ ਵੈਸੇ ਕਾਲ ਕਰੀ ਸੀ? ਭਾਜੀ ਮੇਰੇ ਬਾਰੇ ਤੁਸੀਂ ਪਤਾ ਕਰਾ ਲਓ, ਗੂਗਲ ਦੇ ਵਿੱਚ ਲਿਖੋ ਚੇਤਨ ਜਾਂ, ਤੁਹਾਨੂੰ ਹੁਣੇ ਡਿਟੇਲ ਬਾਹਰ ਆ ਜਾਏਗੀ, ਤੁਸੀਂ ਆ ਕੇ, ਮੈਂ ਤੁਹਾਨੂੰ 19 ਸਾਲਾਂ ਦਾ ਰਿਕਾਰਡ ਤੁਹਾਨੂੰ ਵਟਸਐਪ ਕਰ ਦਿੰਦਾ ਆਪਣਾ, ਮੈਂ ਤੁਹਾਨੂੰ 18 ਸਾਲਾਂ ਦਾ ਆਪਣਾ ਮੀਟ ਰਿਕਾਰਡ ਸੈਂਡ ਕਰ ਦਿੰਦਾ। ਹਾਂ ਮਾਂ ਦੇ ਸੇਵਾ ਦਾ ਧੰਨਵਾਦ, ਮੇਰਾ ਮੈਂ ਉਹਦਾ ਅਧਿਆਕਸ਼ ਜੀ, ਸਵਾਲ ਇਹ ਹੈ ਕਿ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਇਹ ਜਿਹੜਾ ਮਾਹੌਲ ਚੱਲ ਰਿਹਾ ਹੈ ਉਹਦੇ ਵਿੱਚ ਉਹਨਾਂ ਨੇ ਇਸੇ ਲਈ ਜਿਹੜੀ ਕਾਲ ਵੀ ਲਾਈ ਤੇ ਉਹ ਕਹਿੰਦੇ ਮੈਂ ਜਾਗਰਣ ਕਰਾਉਣਾ ਵੀ ਸੱਚਿਓ। ਹੁਣ ਗੱਲ ਇਹ ਕਿ ਕਪਿਲ ਹੋਰਾਂ ਦਾ ਵੀਡੀਓ ਵੀ ਅਸੀਂ ਤੁਹਾਨੂੰ ਪਹਿਲਾਂ ਵੀ ਸੁਣਾਇਆ ਥੋੜਾ ਜਿਹਾ ਤੇ ਹੋਰ ਵੀ ਸੁਣਾਵਾਂਗੇ, ਤੇ ਨਾਲ ਨਾਲ ਗੱਲ ਇਹ ਫੈਸਲਾ ਜਿਹੇ ਮਸਲਿਆਂ ਤੇ ਖੈਰ ਜਨਤਾ ਕਰਦੀ ਹੁੰਦੀ ਹੈ ਕਿ ਇਹ ਐਕਚੁਅਲ ਦੇ ਵਿੱਚ ਹੋ ਕੀ ਰਿਹਾ, ਇੱਕੋ ਲੱਖ ਅਜਿਹੀਆਂ ਚੀਜ਼ਾਂ ਨੂੰ ਲੈ ਕੇ ਵਿਵਾਦ ਕਿਉਂ ਨੇ। ਧੰਨਵਾਦ।